ਬਹੁਤ ਹੀ ਆਦਰਯੋਗ ਸਰੋਤਾ ਜਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਜ਼ਿਆਦਾ ਹੋ ਰਿਹਾ, ਇਸ ਕਰਕੇ ਹੁਕਮ ਹੈ ਕਿ ਮੈਂ ਬਹੁਤੀਆਂ ਗੱਲਾਂ ਨਾ ਕਰਾਂ। ਵੈਸੇ ਬਹੁਤ ਸਾਰੀਆਂ ਗੱਲਾਂ ਹੋ ਵੀ ਚੁੱਕੀਆਂ ਨੇ, ਦੁਹਰਾਉਣ ਦਾ ਕੋਈ ਫਾਇਦਾ ਨਹੀਂ ਹੈ। ਅੱਜ 11 ਦਹਾਕੇ ਪੂਰੇ ਹੋਣ 'ਤੇ ਜਿਹੜਾ ਤੁਸੀਂ ਕਾਰਵਾਈ ਕਰ ਰਹੇ ਹੋ, ਉਹ ਚਾਹੇ ਦੇਰ ਆਏ ਪਰ ਦਰੁਸਤ ਆਏ, ਅੱਛਾ ਹੋਇਆ, ਪਹਿਲਾਂ ਹੋ ਜਾਣਾ ਚਾਹੀਦਾ ਸੀ। ਇਸ ਦਾ 100 ਸਾਲਾ ਸ਼ਤਾਬਦੀ ਇਸ ਦੀ ਸੀ, ਇਸ ਜਹਾਜ਼ ਦੀ, 2014 ਦੇ ਵਿੱਚ। ਮੈਂ ਉਦੋਂ ਕਾਮਾਗਾਟਾ ਮਾਰੂ ਬਾਰੇ ਸਰਕਾਰੀ ਰਿਕਾਰਡ ਦੇ ਵਿੱਚੋਂ ਜਿੰਨੀਆਂ ਕਾਰਸਪੋਂਡੈਂਸ ਸੀ ਉਹ ਸਾਰੀ ਇਕੱਠੀ ਕੀਤੀ, ਅਤੇ ਉਹਦਾ ਨਾਂ ਸੀ ਕੀ ਡਾਕੂਮੈਂਟਸ। ਉਹਦੇ ਵਿੱਚ ਸਰਕਾਰ ਦਾ ਪੱਖ ਸੀ, ਸਰਕਾਰ ਕੀ ਸੋਚਦੀ ਸੀ ਇਹਦੇ ਬਾਰੇ। ਸਰਕਾਰ ਦਾ ਮਨ ਇਹ ਸੀ ਬਈ ਜਿਹੜਾ ਹਿੰਦੁਸਤਾਨੀ ਜਾਂ ਪੰਜਾਬੀ ਬਾਹਰਲੇ ਮੁਲਕਾਂ ਵਿੱਚ ਚਲਿਆ ਗਿਆ, ਅਮਰੀਕਾ 'ਚ, ਕਨੇਡਾ 'ਚ, ਉਹ 'ਚ ਆਜ਼ਾਦੀ ਦੀ ਲਗਨ ਲੱਗ ਜਾਂਦੀ ਹੈ ਉਹਨੂੰ। ਅਤੇ ਦੂਜਾ ਇਹ ਸੀ ਬਈ ਬਾਬਾ ਗੁਰਦਿੱਤ ਸਿੰਘ ਆਪਣੇ ਤੌਰ 'ਤੇ ਨਹੀਂ ਕਰ ਰਿਹਾ, ਇਹਦੇ ਨਾਲ ਅਮਰੀਕਾ ਅਤੇ ਕਨੇਡਾ ਵਿੱਚ ਬੈਠੇ ਦੇਸ਼ ਭਗਤ ਨੇ ਜਿਹੜੇ, ਉਹਨਾਂ ਦਾ ਨਾਲ ਹੱਥ ਹੈ, ਇਸ ਕਰਕੇ ਕਰ ਰਿਹਾ। ਅਤੇ ਗਾਹਾਂ ਜੋ ਕੁਝ ਕੀਤਾ ਸਰਕਾਰ ਨੇ, ਹਾਂਗਕਾਂਗ ਤੋਂ ਜਹਾਜ਼ ਚੱਲਣ ਤੋਂ ਪਹਿਲਾਂ ਬਾਬਾ ਜੀ ਨੂੰ ਗ੍ਰਿਫਤਾਰ ਕਰ ਲਿਆ, ਜਹਾਜ਼ ਚੱਲਣ ਦਾ ਰਵਾਨਗੀ ਪੱਤਰ ਨਾ ਦਿੱਤਾ, ਜਹਾਜ਼ ਇੱਥੇ ਆ ਗਿਆ, 2 ਮਹੀਨੇ ਇੱਥੇ ਸਮੁੰਦਰ ਦੇ ਵਿੱਚ ਖੜ੍ਹਾ ਰੱਖਿਆ, ਲੋਕਾਂ ਨੂੰ ਭੁੱਖੇ ਮਾਰਿਆ, ਕੀ ਦੁੱਖ ਸੀ ਜਿਹੜਾ ਨਹੀਂ ਦਿੱਤਾ, ਮਾਨਸਿਕ, ਸਰੀਰਕ, ਆਰਥਿਕ ਹਰ ਕਿਸਮ ਦਾ ਨੁਕਸਾਨ ਕੀਤਾ ਉਹਨਾਂ ਦਾ। ਅਤੇ ਵਾਪਸ ਜਾ ਕੇ ਸਾਰੇ ਜਾਣਦੇ ਹਾਂ ਵੱਜ ਘਾਟ 'ਤੇ ਕੀ ਕੁਝ ਹੋਇਆ। ਇਹ ਸਰਕਾਰ ਦਾ ਪੱਖ ਸੀ। ਹੁਣ ਬਾਬਾ ਜੀ ਦਾ ਕੀ ਪੱਖ ਸੀ, ਇਹ ਜਾਣਨ ਵਾਸਤੇ ਕੋਈ ਲੋੜ ਸੀ ਵੀ ਕੋਈ ਲਿਖਤ ਇਹੋ ਜਿਹੀ ਲੱਭੇ ਜਿਹੜੀ ਬਾਬਾ ਜੀ ਜਿਹਦੇ ਵਿੱਚ ਆਪਦਾ ਪੱਖ ਦੱਸਦੇ ਹੋਣ। ਮੈਂ ਥੋੜ੍ਹਾ ਮਨ ਹੈ ਪੁਰਾਣੇ ਰਿਕਾਰਡ ਫਰੋਲਣ ਦਾ, ਤਾਂ ਮੈਂ ਵੇਖਿਆ ਬਾਬਾ ਜੀ ਦੀ ਇੱਕ ਹੈ ਕਿਤਾਬ ਗੁਰੂ ਨਾਨਕ ਜਹਾਜ਼, ਉਹ ਫਰਵਰੀ 1922 ਦੇ ਵਿੱਚ ਛਪੀ ਅਤੇ ਨਾਲ ਦੀ ਨਾਲ ਜ਼ਬਤ ਕਰ ਲਈ ਸਰਕਾਰ ਨੇ। 2 ਮਹੀਨੇ ਪਿੱਛੋਂ ਇੱਕ ਨਵੀਂ ਕਿਤਾਬ ਛਪ ਗਈ, ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੀ ਦੁੱਖ ਭਰੀ ਕਥਾ, ਉਹ ਸਰਕਾਰ ਨੇ ਜ਼ਬਤ ਕਰ ਲਈ। ਉਦੋਂ ਪਿੱਛੋਂ ਇਹੀ ਕਿਤਾਬ ਉਰਦੂ ਦੇ ਵਿੱਚ ਛਪੀ, ਬਦਨਸੀਬ ਮੁਸਾਫਰ, ਗੁਰੂ ਨਾਨਕ ਜਹਾਜ਼ ਕੇ ਮੁਸਾਫਰੋਂ ਕੀ ਦੁੱਖ ਭਰੀ ਕਹਾਣੀ, ਉਹ ਸਰਕਾਰ ਨੇ ਜ਼ਬਤ ਕਰ ਲਈ। ਕਿਤਾਬ ਲੱਭਣੀ ਫਿਰ ਬੜੀ ਮੁਸ਼ਕਲ ਸੀ, ਕਰ ਕੋਸ਼ਿਸ਼ ਕੀਤੀ ਅਤੇ ਮੈਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬ੍ਰੇਰੀ 'ਚੋਂ ਕਿਤਾਬ ਮਿਲ ਗਈ। ਕਿਤਾਬ ਪੜ੍ਹਦਿਆਂ ਮੈਂ ਵੇਖਿਆ ਵੀ ਬਾਬਾ ਜੀ ਨੇ ਉਸ ਕਿਤਾਬ ਦੇ ਵਿੱਚ ਜਹਾਜ਼, ਇੱਕ ਤਾਂ ਕਿਤਾਬ ਦਾ ਨਾਂ ਹੀ ਗੁਰੂ ਨਾਨਕ ਜਹਾਜ਼ ਸੀ, ਅੰਦਰ 2 ਚੈਪਟਰ ਸੀ ਜਿਨ੍ਹਾਂ ਦੇ ਗੁਰੂ ਨਾਨਕ ਜਹਾਜ਼ ਦੇ ਨਾਂ ਨਾਲ ਸ਼ੁਰੂ ਹੁੰਦੇ ਸੀ, ਅਤੇ ਕਿਤਾਬ ਦੇ ਵਿੱਚ ਘੱਟੋ ਘੱਟ ਕੋਈ 18 ਵਾਰ ਗੁਰੂ ਨਾਨਕ ਜਹਾਜ਼, ਗੁਰੂ ਨਾਨਕ ਜਹਾਜ਼, ਗੁਰੂ ਨਾਨਕ ਜਹਾਜ਼ ਦਾ ਇਸ ਨਾਂ ਦੇ ਹਵਾਲੇ ਨਾਲ ਉਹਨਾਂ ਨੇ ਚਰਚਾ ਕੀਤੀ ਸੀ। ਮੈਨੂੰ ਲੱਗਿਆ ਬਈ ਇਹ ਸਾਡੀ ਗਲਤੀ ਹੈ, ਜਿਹੜਾ ਅਸੀਂ ਇਸ ਨੂੰ ਭੁੱਲੇ ਬੈਠੇ ਹਾਂ, ਅਸਲੀ ਨਾਂ ਇਹ ਹੈ। ਇਸ ਕਰਕੇ ਜਦੋਂ ਮੈਂ ਅਗਲਾ ਕੰਮ ਕੀਤਾ ਬਈ ਉਸ ਜਹਾਜ਼ ਦੀ ਸਮਕਾਲੀ, ਚਾਹੇ ਕਵਿਤਾ ਚਾਹੇ ਵਾਰਤਕ ਖਬਰਾਂ, ਉਹ ਇਕੱਠੀਆਂ ਕੀਤੀਆਂ, ਤਾਂ ਆਪਦੇ ਦੋਸਤਾਂ ਨਾਲ ਗੱਲ ਕੀਤੀ ਵੀ ਭਾਈ ਇਹ ਜਹਾਜ਼ ਦਾ ਨਾਂ ਤਾਂ ਗੁਰੂ ਨਾਨਕ ਜਹਾਜ਼ ਸੀ, ਆਪਾਂ ਸਾਰੇ ਕਾਮਾਗਾਟਾ ਮਾਰੂ ਕਹੀ ਜਾਂਦੇ ਹਾਂ, ਅਤੇ ਮੈਂ ਚਾਹੁੰਦਾ ਕਿਤਾਬ ਦਾ ਨਾਂ ਇਹ ਗੁਰੂ ਨਾਨਕ ਜਹਾਜ਼ ਹੋਵੇ। ਸਾਰਿਆਂ ਨੇ ਸਹਿਮਤੀ ਦਿੱਤੀ ਵੀ ਹਾਂ, ਗੁਰੂ ਨਾਨਕ ਜਹਾਜ਼। ਇਸ ਕਰਕੇ ਫਿਰ ਇਹ ਕਿਤਾਬ ਗੁਰੂ ਨਾਨਕ ਜਹਾਜ਼ ਸਮਕਾਲੀ ਬਿਰਤਾਂਤ 1914 ਦੇ ਨੇੜੇ ਤੇੜੇ ਜਿਹੜੀ ਉਸ ਵੇਲੇ ਕਵਿਤਾ ਲਿਖੀ ਗਈ ਜਾਂ ਅਖਬਾਰਾਂ ਵਿੱਚ ਖਬਰਾਂ ਛਪੀਆਂ, ਉਹ ਸਾਰੀਆਂ ਦੇ ਵਿੱਚ ਇਕੱਠੀਆਂ ਕੀਤੀਆਂ। ਸਬੱਬ ਨਾਲ ਇਹਨਾਂ ਦੇ ਹੱਥ ਲੱਗ ਗਈ ਇਹ ਕਿਤਾਬ, ਪਤਾ ਨਹੀਂ ਇਹਦੇ ਮਨ ਦੇ ਵਿੱਚ ਪਹਿਲਾਂ ਕੋਈ ਸੀ ਚੰਗਿਆੜੀ ਜਿਹੜੀ ਭਾਂਬੜ ਬਣ ਗਈ ਇਹਨੂੰ ਵੇਖ ਕੇ। ਮੈਂ ਕੋਈ ਉਚੇਚਾ ਨਹੀਂ ਸੀ ਆਇਆ ਸੀ ਵੀ 2024 ਹੋਏਗਾ, 110ਵਾਂ ਸਾਲ ਹੋਏਗਾ ਅਤੇ ਮੈਂ ਉੱਥੇ ਜਾਵਾਂ। ਸਾਡੀ ਮੁਲਾਕਾਤ ਵੀ ਕੋਈ ਪਹਿਲਾਂ ਹੋਣ ਦੀ ਸੰਭਾਵਨਾ ਨਹੀਂ ਸੀ। ਡਾਕਟਰ ਪੂਰਨ ਸਿੰਘ ਹੋਰਾਂ ਨੇ ਸਾਡੀ ਮੁਲਾਕਾਤ ਕਰਾਤੀ ਅਤੇ ਉੱਥੋਂ ਗੱਲ ਚੱਲੀ ਵੀ ਹਾਂ ਇਹ ਆਪਾਂ ਫਿਰ ਕਾਰਜ ਕਰੀਏ। ਅਤੇ ਇਹਨਾਂ ਦੇ ਸ਼ਾਬਾਸ਼, ਇਹਨਾਂ ਦੀ ਹਿੰਮਤ, ਜਿਹੜਾ ਇਹਨਾਂ ਨੇ ਉਪਰਾਲਾ ਕੀਤਾ, ਬਹੁਤ ਵਧੀਆ ਗੱਲ ਹੋਈ।
ਸਾਰੇ ਸੱਜਣਾਂ ਨੇ ਗੱਲ ਕੀਤੀ ਹੈ ਵੀ ਗੁਰੂ ਨਾਨਕ ਜਹਾਜ਼ ਕਹਿਣ ਨਾਲ ਕਿੰਨਾ ਫਰਕ ਪੈਂਦਾ। ਮੈਂ ਛੋਟੀ ਜਿਹੀ ਇੱਕ ਤੁਹਾਡਾ ਉਦਾਹਰਣ ਦਿੰਦਾ। ਆਪਾਂ ਇੱਥੇ ਰਹਿੰਦੇ ਹਾਂ, ਸਾਡਾ ਬੱਚਾ ਸਕੂਲ ਜਾਂਦਾ, ਬੱਚੇ ਦਾ ਨਾਂ ਪਵਿੱਤ ਹੈ, ਉਹਦੇ ਦੋਸਤਾਂ ਨੂੰ ਪਿੱਟ ਕਹਿੰਦੇ ਆ। ਜੇ ਮਾਂ ਬਾਪ ਪਿੱਟ ਕਹਿਣਗੇ ਉਹਨਾਂ ਦੀਆਂ ਉਹ ਮਾਤਰੀ ਜਿਹੜੀਆਂ ਭਾਵਨਾਵਾਂ ਉਹ ਤਾਂ ਨਹੀਂ ਉਗਣ ਸਕਣਗੀਆਂ, ਉਹ ਗੱਲ ਨਹੀਂ ਬਣੇਗੀ। ਇਸੇ ਤਰ੍ਹਾਂ ਮੈਂ ਜਾਂ ਕੋਈ ਵਕਤਾ ਤੁਹਾਡੇ ਸਾਹਮਣੇ ਕਹਿੰਦਾ ਕਾਮਾ ਗਾਟਾ ਮਾਰੂ ਜਹਾਜ਼ ਦੀ ਦੁੱਖ ਭਰੀ ਕਹਾਣੀ ਸੁਣ ਲਓਗੇ ਤੁਸੀਂ ਜਿਸ ਤਰ੍ਹਾਂ ਬੈਠੇ ਹੋ, ਪਰ ਜੇ ਉਹੀ ਆਦਮੀ ਬੋਲੇਗਾ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੀ ਦੁੱਖ ਭਰੀ ਕਹਾਣੀ ਤੁਹਾਡੇ ਕੰਨ ਖੜ੍ਹੇ ਹੋ ਜਾਣਗੇ। ਉਦੋਂ ਹੀ ਸੋਚੋਗੇ ਜਗਿਆਸਾ ਹੋਏਗੀ ਅੱਗੇ ਕੀ ਕਹਿੰਦਾ ਇਹ, ਕੀ ਦੱਸਦਾ। ਇਸ ਤਰ੍ਹਾਂ ਦਾ ਇਹ ਬਹੁਤ ਵਧੀਆ ਹੋਇਆ ਜੋ ਕੁਝ ਹੋਇਆ, ਜੋ ਜਦੋਂ ਜਾਗੋ ਉਹ ਸਵੇਰਾ, ਬਹੁਤ ਵਧੀਆ। ਜੇ ਹੁਣ ਹੋ ਗਿਆ ਤਾਂ ਵੀ ਬਹੁਤ ਵਧੀਆ। ਆਪਾਂ ਸਾਰੇ ਰਲ ਕੇ ਕੋਸ਼ਿਸ਼ ਕਰੀਏ, ਆਪਾਂ ਇਸ ਨੂੰ ਅੱਗੇ ਵਾਸਤੇ ਗੁਰੂ ਨਾਨਕ ਜਹਾਜ਼ ਦੇ ਨਾਂ ਨਾਲ ਹੀ ਯਾਦ ਕਰੀਏ। ਬਹੁਤ ਧੰਨਵਾਦ।